Welcome to the platform of English Online Classes by Pink City. Today we will discuss the question answers of lesson 2nd of English Reader book of plus 2 class, Journal English. The name of the lesson is The March King and the writer is Catherine Little pegless First of all, we will discuss the objective type questions. You can download the PDF of this video from the description box. Let's start the objective type questions. On the day of the concert, Philip went to play a game of two options are there baseball, football. The answer is baseball. Second question is after bakery, Philip did not feel like playing baseball because there are four options. He was too tired, he wanted to study.

ਚੂਜ਼ ਕੀਤਾ ਕਨਸਰਟ ਵਿੱਚ ਪਲੇ ਕਰਨ ਲਈ ਕਮ ਆਨ ਦਾ ਨੈਕਸਟ ਕੁਐਸਚਨ ਫਿਲਿਪ ਵਾਸ ਅਟਰਲੀ ਡੈਸ਼ ਆਫਟਰ ਵਰਕਿੰਗ ਐਟ ਦਾ ਬੇਕਰੀ ਫਿਲਿਪ ਬੇਕਰੀ ਵਿੱਚ ਕੰਮ ਕਰਨ ਤੋਂ ਬਾਅਦ ਪੂਰੀ ਤਰ੍ਹਾਂ ਕੀ ਹੋ ਗਿਆ ਸੀ ਯੂ ਹੈਵ ਟੂ ਫਿਲ ਇਨ ਦਾ ਬਲੈਂਕ ਦਾ ਆਨਸਰ ਇਜ਼ ਐਗਜ਼ਾਟਿਡ ਮੀਨਸ ਪੂਰੀ ਤਰ੍ਹਾਂ ਥੱਕ ਗਿਆ ਸੀ ਫਿਲਿਪ ਵਾਸ ਐਨਲਿਸਟਿਡ ਐਜ਼ ਐਂਡ ਡੈਸ਼ ਟੂ ਸਟੱਡੀ 뮤직 ਇਨ ਦਾ ਮੈਰੀਨ ਬੈਂਡ ਫਿਲਿਪ ਦਾ ਲਿਸਟ ਵਿੱਚ ਨਾਮ ਆਇਆ ਕਿ ਉਹਨੇ ਮੈਰੀਨ ਬੈਂਡ ਵਿੱਚ 뮤직 ਸਟੱਡੀ ਕਰਨਾ ਹੈ ਕਿਸ ਰੂਪ ਵਿੱਚ ਉਹਨੇ ਸਟੱਡੀ ਕਰਨੀ ਸੀ ਉੱਥੇ ਅਪ੍ਰੈਂਟਿਸ ਉਹਨੇ ਇੱਕ ਸਿੱਖਣ ਵਾਲੇ ਦੇ ਤੌਰ ਤੇ ਉੱਥੇ ਸਟੱਡੀ ਕਰਨੀ ਸੀ ਜਾਂ ਪ੍ਰੈਕਟਿਸ਼ਨਰ ਦੇ ਤੌਰ ਤੇ ਸਟੱਡੀ ਕਰਨੀ ਸੀ ਨੈਕਸਟ ਕੁਐਸਚਨ ਇਜ਼ ਮਿਸਿਸ ਐਸ ਗੁੱਤਾਸ ਡੈਸ਼ ਫਿੰਗਰਸ ਪਿੰਡ ਇਨਫ ਟਕਸ ਇਨ ਦਾ ਸ਼ਰਟ ਟੂ ਮੇਕ ਇਟ ਫਿਟ ਫਿਲਿਪ ਜੋ ਮਿਸਿਸ ਐਸ ਗੁਪਤਾ ਸੀ ਜੋ 뮤ਜ਼ਿਕ ਟੀਚਰ ਦੇ ਵਾਈਫ ਸੀ ਉਹਨਾਂ ਦੀ ਕਿਸ ਟਾਈਪ ਦੀ ਫਿੰਗਰਸ ਨੇ ਪਿੰ ਅਪ ਕੀਤਾ ਫਿਲਿਪ ਦੀ ਸ਼ਰਟ ਨੂੰ ਫਿਟ ਕਰਨ ਲਈ ਤਾਂ ਅਨਸਰ ਇਜ਼ ਨਿੰਬਲ ਫਿੰਗਰਸ ਨੈਕਸਟ ਕੁਐਸਚਨ ਜான் ਫਿਲਿਪ ਸੋਸਾ ਬੀਕਮ ਦਾ ਡੈਸ਼ ਆਫ ਦਾ ਮਰੀਨ ਬੈਂਡ ਜான் ਫਿਲਿਪ ਸੀ ਉਹ ਲਾਸਟ ਵਿੱਚ ਮਰੀਨ ਬੈਂਡ ਦਾ ਕੀ ਬਣ ਗਿਆ ਸੀ ਲੀਡਰ ਬਣ ਗਿਆ ਸੀ ਫਿਲਿਪ ਰੌਟ ਮੋਰ ਦੈਨ 100 ਡੈਸ਼ ਦਾ ਅਨਸਰ ਇਜ਼ marches now come on the next question who revealed the news of philip's selection by a circus band leader to his mother philip the circus band vich selection hon di khabar nu ohi mother nu kinne ditta the answer is his friend its mother revealed this news to philip's mother ode dost di mother ne eh khabar philip di mother agge ਪੇਡ ਖੋਲਿਆ ਰਿਵੀਲਡ ਮੀਨ ਕੋਈ ਰਾਜ਼ ਖੋਲਣਾ ਜਾਂ ਦੱਸਣਾ ਕੋਈ ਗੱਲ ਹੂ ਗੇਵ ਸ਼ਰਟ ਟੂ ਫਿਲਿਪ ਫਾਰ ਕਨਸਰਟ ਕਨਸਰਟ ਲਈ ਫਿਲਿਪ ਨੂੰ ਸ਼ਰਟ ਕਿਨੇ ਦਿੱਤੀ ਮਿਸਿਸ ਐਸਪਟਾ ਵਾਈਫ ਆਫ ਹਿਸ 뮤직 ਟੀਚਰ ਗੇਵ ਕਲੀਨ ਸ਼ਰਟ ਟੂ ਫਿਲਿਪ ਉਹਨਾਂ ਦੇ ਫਿਲਿਪ ਦੇ 뮤직 ਟੀਚਰ ਦੀ ਜੋ ਵਾਈਫ ਸੀ ਮਿਸਿਸ ਐਸਪਟਾ ਉਹਨੇ ਫਿਲਿਪ ਨੂੰ ਇੱਕ ਸਾਫ ਸ਼ਰਟ ਦਿੱਤੀ ਵਾਟ ਇਜ਼ ਦ ਨੇਮ ਆਫ ਫਿਲਿਪਸ ਬੈਸਟ ਫਰੈਂਡ ਹੂਮ ਫਿਲਿਪ ਟੋਲਡ ਹਿਸ ਸੀਕ੍ਰੇਟ ਪਲਾਨ ਟੂ ਜੁਆਇਨ ਸਰਕਸ ਫਿਲਿਪ ਦੇ ਬੈਸਟ ਫਰੈਂਡ ਦਾ ਕੀ ਨਾਮ ਸੀ ਜਿਹਨੂੰ ਫਿਲਿਪ ਨੇ ਆਫ ਦਾ ਸੀਕ੍ਰੇਟ ਪਲਾਨ ਦੱਸਿਆ ਕਿ ਉਹ ਸਰਕਸ ਜੁਆਇਨ ਕਰੇਗਾ ਉਹਦਾ ਨਾਮ ਕੀ ਸੀ ਈ ਡੀ ਇਦ ਨਾਓ ਕਮ ਆਨ ਦਾ ਨੈਕਸਟ ਕੁਐਸਚਨ ਵਾਟ ਇਜ਼ ਦਾ ਮੈਰੀਨ ਬੈਂਡ ਮੈਰੀਨ ਬੈਂਡ ਕੀ ਹੈ ਮੈਰੀਨ ਬੈਂਡ ਇਜ਼ ਦਾ ਅਫੀਸ਼ੀਅਲ ਬੈਂਡ ਆਫ ਪ੍ਰੈਜ਼ੀਡੈਂਟ ਆਫ ਦਾ ਯੂਨਾਈਟਿਡ ਸਟੇਟਸ ਏ ਅਮਰੀਕਾ ਯਾ ਯੂਨਾਈਟਿਡ ਸਟੇਟਸ ਦੇ ਜੋ ਪ੍ਰੈਜ਼ੀਡੈਂਟ ਟਰਸ਼ਟਪਤੀ ਹੈ ਉਹਨਾਂ ਦਾ ਆਫੀਸ਼ੀਅਲ ਬੈਂਡ ਹੈ ਇੱਕ ਕਾਰਜਕਾਰੀ ਯਾ ਸਰਕਾਰੀ ਬੈਂਡ ਆਪਾਂ ਕਹਿ ਸਕਦੇ ਹਾਂ ਨੇਮ ਦਾ ਨਿਊਜ਼ਪੇਪਰ ਵਿਚ ਹੈਲਡ ਐਨ ਐਸਏ ਕੰਟੈਸਟ ਉਸ ਨਿਊਜ਼ਪੇਪਰ ਦਾ ਨਾਮ ਦੱਸੋ ਜਿਨੇ ਐਸਏ ਕੰਟੈਸਟ ਨੂੰ ਨਿਬੰਧ ਪ੍ਰਤੀਯੋਗਤਾ ਨੂੰ ਹੈਲਡ ਕੀਤਾ ਆਯੋਜਿਤ ਕੀਤਾ ਦਾ ਆਨਸਰ ਇਜ਼ ਦਾ ਵਾਸ਼ਿੰਗ ਦਾ ਵਾਸ਼ਿੰਗਟਨ ਪੋਸਟ ਨਿਊਜ਼ਪੇਪਰ ਦਾ ਨਾਮ ਸੀ ਦਾ ਵਾਸ਼ਿੰਗਟਨ ਪੋਸਟ ਨੈਕਸਟ ਕੁਐਸਚਨ ਇਜ਼ ਹਾਊ 올ਡ ਵਾਸ ਫਿਲਿਪ ਵੈਨ ਹੀ ਐਕਸੈਪਟਡ ਲੀਡਰਸ਼ਿਪ ਆਫ ਦਾ ਮੈਰੀਨ ਬੈਂਡ ਫਿਲਿਪ ਦੀ ਕਿੰਨੀ ਉਮਰ ਸੀ ਜਦੋਂ ਉਹਨੇ ਮੈਰੀਨ ਬੈਂਡ ਦੀ ਲੀਡਰਸ਼ਿਪ ਨੂੰ ਸਵੀਕਾਰਿਆ ਯਾ ਐਕਸੈਪਟ ਕੀਤਾ ਦਾ ਆਨਸਰ ਇਜ਼ 26 ਇਅਰ 올ਡ 26 ਸਾਲ ਦਾ ਸੀ ਫਿਲਿਪ ਨਾਓ ਵੀ ਵਿਲ ਡਿਸਕਸ ਦਾ ਸਟੇਟਮੈਂਟਸ ਵੈਦਰ ਦੇ ਆਰ ਟ्रू অর ਫਾਲਸ ਤੁਸੀਂ ਇਹ ਦੱਸਣਾ ਹੈ ਸਟੇਟਮੈਂਟ ਪੜ੍ਹ ਕੇ ਕਿ ਕਹਾਣੀ ਦੇ ਅਕੋਰਡਿੰਗ ਜਾਂ ਲੈਸਨ ਦੇ ਅਕੋਰਡਿੰਗ ਉਹ ਸਹੀ ਹੈ ਯਾ ਗਲਤ फिलिप वॉन्टी टू बी अ म्यूजिशियन फिलिप एक म्यूजिशियन या संगीतकार बनना चाहता सी ट्र्यूअर फॉल्स द राइट आंसर इज ट्र्यू फिलिप हैड डिसाइडिड टू ज्वाइन सर्कस फिलिप ने डिसाइड किया कि सर्कस ज्वाइन करेगा ट्र्यूर फॉल्स ट्र्यू फिलिप लव टू वर्क एट द बेकरी फिलिप न बेकरी का कम करना बड़ा पसंद स द आंसवर इज फॉल्स फिलिप वॉज wildly applauded after the washington post march was played philip the bahut zyada applaud hoya praise kiti gayi prashansa kiti gayi wow wow hui odi jadon ohne the washington post march nu play kita the answer is true now we will discuss the short answer type questions first question is but did philip want to become when he was a child ਫਿਲਿਪ ਜਦੋਂ ਬੱਚਾ ਸੀ ਉਹ ਕੀ ਬੰਨਣਾ ਚਾਹੁੰਦਾ ਸੀ ਫਿਲਿਪ ਵਾਂਟਿਡ ਟੂ ਬਿਕਮ ਅ 뮤జిਸ਼ੀਅਨ ਵੈਨ ਹੀ ਵਾਸ ਅ ਚਾਈਲਡ ਫਿਲਿਪ ਜਦੋਂ ਇੱਕ ਬੱਚਾ ਸੀ ਉਹ 뮤జిਸ਼ੀਅਨ ਜਾਂ ਸੰਗੀਤਕਾਰ ਬੰਨਣਾ ਚਾਹੁੰਦਾ ਸੀ 뮤జిਸ਼ੀਅਨ ਫਾਇਟਿਡ ਫਿਲਿਪ ਲਰਨ ਵਾਇਲਨ ਕੁਇਕਲੀ ਫਿਲਿਪ ਨੇ ਵਾਇਲਨ ਨੂੰ ਜਲਦੀ ਜਲਦੀ ਵਜਾਉਣਾ ਕਿਉਂ ਸਿੱਖ ਲਿਆ ਸੀ ਬਹੁਤ ਜਲਦੀ ਸਿੱਖ ਲਿਆ ਏ ਵਾਇਲਨ বাজਾਣਾ ਕਿਉਂ ਫਿਲਿਪ ਵਾਸ ਟੈਲੈਂਟਿਡ ਫਿਲਿਪ ਪਹਿਲੀ ਗੱਲ ਤੇ ਇਹ ਵੀ ਉਹ ਟੈਲੈਂਟਡ ਬੋਟ ਸੀ ਐਸ ਵੈਲ ਐਜ਼ ਈਗਰ ਟੂ ਲਰਨ ਸੈਕੰਡਲੀ ਉਹਦੇ ਚ ਕੀ ਖਾਸ ਗੱਲ ਸੀ ਉਹਨੂੰ ਸਿੱਖਣ ਚ ਬੜਾ ਉਤਸੁਖ ਸੀ ਉਹ ਈਗਰ ਸੀ ਫਸਟ ਟੈਲੈਂਟਡ ਸੈਕੰਡ ਈਗਰ ਥਸ ਹੀ ਲਰਨਡ ਦਾ ਵਾਇਲਨ ਕੁਇਕਲੀ ਐਸ ਕਰਕੇ ਉਹਨੇ ਵਾਇਲਨ ਵਜਾਉਣਾ ਜਲਦੀ ਜਲਦੀ ਸਿੱਖ ਲਿਆ ਵਾਈ ਡਿਡ ਫਿਲਿਪ ਗੈਟ ਇਨਟੂ ਟ੍ਰਬਲ ਓਨ ਦਾ ਡੇ ਆਫ ਦਾ ਕਾਂਸਰਟ ਕਾਂਸਰਟ ਵਾਲੇ ਦਿਨ ਫਿਲਿਪ ਮੁਸੀਬਤ ਚ ਕਿਉਂ ਪੈ ਗਿਆ ਫਿਲਿਪ ਵਾਸ ਪਲੇਇੰਗ ਬੇਸਬਾਲ ਔਨ ਦਾ ਡੇ ਆਫ ਦਾ ਕਨਸਰਟ ਇਹਦਾ ਕਾਰਨ ਇਹ ਸੀ ਕਿਉਂਕਿ ਕਨਸਰਟ ਵਾਲੇ ਦਿਨ ਉਹ ਸਾਰਾ ਦਿਨ ਬੇਸਬਾਲ ਖੇਡਦਾ ਰਿਹਾ ਐਂਡ ਹੀ ਕੁਡ ਨਾਟ ਗੈਟ ਰੈਡੀ ਇਨ ਟਾਈਮ ਔਰ ਉਹ ਸਮੇਂ ਤੇ ਤਿਆਰ ਨਾ ਹੋ ਸਕਿਆ ਹਾਊ ਡਿਡ ਫਿਲਿਪ ਮੈਨੇਜ ਟੂ ਗੈਟ ਅ ਕਲੀਨ ਡਰੈਸ ਫਿਲਿਪ ਨੇ ਕਿਵੇਂ ਮੈਨੇਜ ਕੀਤਾ ਕਿ ਉਹਨੂੰ ਇੱਕ ਕਲੀਨ ਡਰੈਸ ਮਿਲ ਜਾਏ ਮਿਸਿਸ ਐਸਪੂਟਾ ਹੈਲਪਡ ਹਿਮ ਇਨ ਗੈਟਿੰਗ ਦਾ ਕਲੀਨ ਡਰੈਸ ਉਹਦੀ ਜੋ ਮਿਊਜ਼ਿਕ ਟੀਚਰ ਸੀ ਉਹਨਾਂ ਦੀ ਵਾਈਫ ਨੇ ਉਹਦੀ ਹੈਲਪ ਕੀਤੀ इन गेटिंग द क्लीन ड्रेस कि वो साफ ड्रेस मिले शी गेव हीमा वाइट शर्ट ऑफ मिस्टर एसपुटा उन्होंने आपदे हस्बैंड मिस्टर एसपुटा की एक वाइट शर्ट दे दी इट वॉज़ टू बिग य थोड़ी व्डी सी मतलब बहुत व्डी सी टू बिग एंड शी गॉट इट फिटिड विद पिनस और उन्हें पिनस लगा के यदि सैटिंग करती फिलिप दइज़ दे अकोर्डिंग शी गॉट इट फिटिड विद पिनस पिनस लगा के उन्हें यदि फिटिंग सैट करती बट क्लीन शर्ट सी यू कैन फॉलो अस अन फॉलो अस ऑन यूट्यूब इंस्टाग्राम ट्विटर एंड फेसबुक द लिंक्स आर गिवन हियर नाउ कम ऑन द नेक्स्ट क्वेश्चन वट मेड द कॉन्सर्ट अ फ्लॉप शो फॉर फिलिप जो ਉਹ ਕਨਸਰਟ ਸੀ ਫਿਲਿਪ ਨੇ ਜਿਹਦੇ ਵਿੱਚ ਪਾਰਟਿਸਿਪੇਟ ਕੀਤਾ ਸੀ ਉਹ ਇੱਕ ਫਲॉप ਰਹੀ ਫਲॉप ਸ਼ੋਅ ਰਹੀ ਬਿਲਕੁਲ ਵੀ ਫੇਮਸ ਨਹੀਂ ਹੋਈ ਉਹ ਫਲॉप ਹੋ ਗਿਆ ਸ਼ੋਅ ਕਿਸ ਵਜ੍ਹਾ ਨਾਲ ਉਹ ਫਲॉप ਹੋਇਆ ਦਾ ਪਿੰਸ ਯੂਜ਼ ਟੂ ਫਿਟ ਇਨ ਦਾ ਸ਼ਰਟ ਡਾਪ ਐਂਡ ਦਾ ਸ਼ਰਟ ਫੈਲ ਡਾਊਨ ਜੋ ਉਹਦੀ ਸ਼ਰਟ ਵਿੱਚ ਪਿੰਨ ਲਗਾਈਆਂ ਸੀ ਉਹਨੂੰ ਫਿਟ ਕਰਨ ਲਈ ਉਹ ਗਿਰ ਗਈਆਂ ਤੇ ਸ਼ਰਟ ਫੈਲ ਡਾਊਨ ਫਰੋਮ ਹਿਸ ਨੈਕ ਤੇ ਸ਼ਰਟ ਉਹਦੇ ਨੈਕ ਤੋਂ ਗਰਦਨ ਤੋਂ 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 ਥੱਲੇ ਗਿਰ ਪਈ 올 ਸਟਾਰਟਡ ਲਾਫਿੰਗ ਐਟ ਫਿਲਿਪ ਸਾਰਿਆਂ ਨੇ ਫਿਲਿਪ ਤੇ ਹੱਸਣਾ ਸ਼ੁਰੂ ਕਰਤਾ ਹੀ ਵਾਸ ਪਰਪਲੈਕਸਡ ਉਹ ਬੜਾ ਪਰਪਲੈਕਸਡ ਹੈਰਾਨ ਹੋ ਗਿਆ ਕਨਫਿਊਜ਼ ਹੋ ਗਿਆ ਐਂਡ ਫੋਰਗੋਟ ਔਰ ਭੁੱਲ ਗਿਆ ਵਟ ਵਾਸ ਵਟ ਹੀ ਵਾਸ ਪਲੇਇੰਗ ਕਿਉਂ ਕੀ ਪਲੇ ਕਰ ਰਿਹਾ ਉਹਦਾ ਧਿਆਨ ਆਡੀਅੰਸ ਦੀ ਲਾਫਿੰਗ ਵੱਲ ਚਲਿਆ ਗਿਆ ਫਾਈਨਲੀ ਹੀ ਲੈਫਟ ਦ ਸਟੇਜ ਅਬਰਪਟਲੀ ਅਬਰਪਟਲੀ ਮੀਨਸ ਅਚਾਨਕ ਹੀ ਸਡਨਲੀ ਫਿਰ ਉਹਨੇ ਅਚਾਨਕ ਹੀ ਸਟੇਜ ਨੂੰ ਛੱਡ ਦਿੱਤਾ ਅੰਤ ਵਿੱਚ ਔਰ ਚਲਾ ਗਿਆ ਇਸ ਕਰਕੇ ਉਹਦਾ ਸ਼ੋਅ ਫਲੋਪ ਹੋ ਗਿਆ What did Philip take up after his failure on the concert stage ਜਦੋਂ ਕਾਨਸਰਟ ਸਟੇਜ ਤੇ ਫਿਲਿਪ ਫੇਲਿਅਰ ਹੋ ਗਿਆ ਅਸਫਲ ਹੋ ਗਿਆ ਫਿਰ ਉਹਨੇ ਬਾਅਦ ਚੋ ਕੀ ਕੀਤਾ ਉਸ ਤੋਂ ਬਾਅਦ Philip joined a bakery shop ਫਿਲਿਪ ਨੇ ਬੇકરી ਸ਼ਾਪ ਜੁਆਇਨ ਕਰ ਲਈ after his failure on the concert stage ਕਾਨਸਰਟ ਸਟੇਜ ਤੇ ਉਹਦੀ ਫੇਲਿਅਰ ਤੋਂ ਬਾਅਦ ਅਸਫਲਤਾ ਤੋਂ ਬਾਅਦ ਉਹਨੇ ਬੇકરી ਸ਼ਾਪ ਜੁਆਇਨ ਕਰ ਲਈ वाई कुड नॉट फिलिप वर्क एट द बेकर फिलिप फिर इस तुम तो बाद बेकरी भी कम क्यों ना कर सकिया द बेकरीज वर्क वॉज बोरिंग एंड टायरिंग बेकरी का कम से वो बहुत ही बोरिंग सायरिंग और थका देने वाला सी हैड टू गो टू स्कूल टू उन्होंने स्कूल भी जाना होंगा चाइल्ड एक बच्चा होने तौर पर ही कुड नॉट परस्यू दिस टफ रूटीन ਬੱਚਾ ਹੁੰਦੇ ਤੌਰ ਤੇ ਉਹ ਇਸ ਟਫ ਰੂਟੀਨ ਨੂੰ ਬੜੇ ਸਖਤ ਦਿਨਚਰਿਆ ਨੂੰ ਰੂਟੀਨ ਨੂੰ ਕੰਟੀਨਿਊ ਨਹੀਂ ਕਰ ਪਾਇਆ ਪਰਸਿਊ ਨਹੀਂ ਕਰ ਪਾਇਆ ਕਿਉਂਕਿ ਉਹ ਛੋਟਾ ਬੱਚਾ ਸੀ ਸਕੂਲ ਵੀ ਜਾਏ ਬੇકરી ਚ ਵੀ ਕੰਮ ਕਰੇ ਥੱਕ ਜਾਂਦਾ ਸੀ ਬੋਰਿੰਗ ਲੱਗਦਾ ਸੀ ਨੈਕਸਟ ਕੁਐਸਚਨ ਵਾਈ ਡਿਡ ਫਿਲਿਪਸ ਫਾਦਰ ਟੇਕ ਹਿਮ ਫੋਰ ਅ ਵਾਕ ਫਿਲਿਪਸ ਦੇ ਫਾਦਰ ਉਹਨੂੰ ਵਾਕ ਲਈ ਕਿਉਂ ਲੈ ਗਏ ਫਿਲਿਪਸ ਫਾਦਰ ਟੁਕ ਹਿਮ ਫੋਰ ਆ ਵਾਕ ਉਹਦੇ ਫਾਦਰ ਉਹਨੂੰ ਵਾਕ ਲਈ ਲੈ ਗਏ ਟੂ ਟਾਕ ਟੂ ਹਿਮ ਤਾਂ ਕਿ ਉਹਦੇ ਨਾਲ ਗੱਲ ਕਰ ਸਕਣ ਐਂਡ ਕਨਵਿੰਸ ਹਿਮ ਟੂ ਜੁਆਇਨ ਮੈਰੀਨ ਬੈਂਡ ਔਰ ਉਹਨੂੰ ਰਾਜੀ ਕਰ ਸਕਣ ਮਨਾ ਸਕਣ ਕਿ ਉਹ ਮੈਰੀਨ ਬੈਂਡ ਨੂੰ ਜੁਆਇਨ ਕਰ ਲੇ ਹਾਊ ਵਾਸ ਫਿਲਿਪ ਲਿਊ ਟੂ ਵਰਕ ਇਨ ਅ ਸਰਕਸ ਫਿਲਿਪ ਦਾ ਜੀ ਕਿਉਂ ਲਲਚ ਆ ਗਿਆ ਕਿ ਉਹ ਸਰਕਸ ਵਿੱਚ ਕੰਮ ਕਰੇ ਦਾ ਸਟ੍ਰੇਂਜਰ ਗੇਵ ਅ ਕਲਰਫੁਲ ਡਿਸਕ੍ਰਿਪਸ਼ਨ ਆਫ ਦਾ ਸਰਕਸ ਵਰਕ ਜੋ ਸਟ੍ਰੇਂਜਰ ਅਜਨਬੀ ਸੀ ਉਹਨੇ ਫਿਲਿਪ ਨੂੰ ਸਰਕਸ ਦੇ ਕੰਮ ਬਾਰੇ ਇੱਕ ਰੰਗੀਨ ਵਰਣਨ ਦਿੱਤਾ ਡਿਸਕ੍ਰਿਪਸ਼ਨ ਦਿੱਤੀ ਹੀ ਟੋਲਡ ਫਿਲਿਪ ਦੈਟ ਹੀ ਵਿਲ ਗੈਟ ਮਨੀ ਉਹਨੇ ਫਿਲਿਪ ਨੂੰ ਦੱਸਿਆ ਕਿ ਉਹਨੂੰ ਪੈਸੇ ਵੀ ਮਿਲਣੇ ਹਨ ਐਂਡ ਫੇਮ ਵਿਦ ਇਟ ਔਰ ਇਹਦੇ ਨਾਲ ਪ੍ਰਸਿੱਧੀ ਵੀ ਮਿਲਣੀ ਹੈ ਫੇਮਸ ਵੀ ਹੋ ਜਾਣਾ ਹੈ ਫਿਲਿਪ ਵਾਸ ਐਲਿਊਡ ਟੂ ਜੁਆਇਨ ਦਾ ਸਰਕਸ ਐਸ ਕਰਕੇ ਫਿਲਿਪ ਸਰਕਸ ਜੁਆਇਨ ਕਰਨ ਲਈ ਐਲਿਊਰ ਹੋ ਗਿਆ ਲਲਚਾ ਗਿਆ ਲਾਲਚ ਵਿੱਚ ਆ ਗਿਆ ਹਾਊ ਵਾਸ ਫਿਲਿਪ ਅ ਸਕਸੈਸ ਐਸ ਦਾ ਲੀਡਰ ਆਫ ਦਾ ਮੈਰੀਨ ਬੈਂਡ ਜੋ ਫਿਲਿਪ ਸੀ ਉਹਨੂੰ ਮੈਰੀਨ ਬੈਂਡ ਦੇ ਲੀਡਰ ਦੇ ਤੌਰ ਤੇ ਸਫਲਤਾ ਮਿਲੀ ਉਹ ਕਿਵੇਂ ਮਿਲੀ ਕਿੱਦਾਂ ਮਿਲੀ ਹਾਉ ਹਾਉ ਮੀਨਸ ਕਿਵੇਂ ਮਿਲੀ ਫਿਲਿਪ ਸਰਵਡ ਐਸ ਆ ਬੈਂਡ ਲੀਡਰ ਫॉर 5 ਯੂ ਐਸ ਪ੍ਰੈਜ਼ੀਡੈਂਟਸ ਫਿਲਿਪ ਨੇ ਯੂ ਐਸ ਦੇ ਅਮਰੀਕਾ ਦੇ ਯੂਨਾਈਟਿਡ ਸਟੇਟਸ ਦੇ ਜੋ ਰਾਸ਼ਟਰਪਤੀ ਸੀ ਪੰਜ ਰਾਸ਼ਟਰਪਤੀ ਲਈ ਮੈਰੀਨ ਬੈਂਡ ਚ ਸੇਵਾ ਕੀਤੀ ਹੀ ਕੰਪੋਜ਼ਡ ਮੋਰ ਦੈਨ 100 ਮਾਰਚਸ ਉਨੇ 100 ਤੋਂ ਵੱਧ ਕੰਪੋਜ਼ ਕੰਪੋਜੀਸ਼ਨਸ ਕੀਤੀਆਂ 뮤지컬 ਕੰਪੋਜੀਸ਼ਨ ਬੈਂਡ ਲਈ ਦਾ ਵਾਸ਼ਿੰਗਟਨ ਪੋਸਟ ਮਾਰਚ ਵਾਸ ਦਾ ਮੋਸਟ ਫੇਮਸ ਆਫ 올 ਉਹਨਾਂ ਵਿੱਚੋਂ ਸਭ ਤੋਂ ਜ਼ਿਆਦਾ ਫੇਮਸ ਜਾਂ ਪ੍ਰਸਿੱਧ ਦਾ ਵਾਸ਼ਿੰਗਟਨ ਪੋਸਟ ਮਾਰਚ ਰਹੀ ਇਟ ਮੇਡ ਹਿਮ ਅ ਸਕਸੈਸਫੁਲ ਬੈਂਡ ਲੀਡਰ ਇਸ ਕੰਪੋਜੀਸ਼ਨ ਨੇ ਉਹਨੂੰ ਇੱਕ ਸਫਲ ਬੈਂਡ ਲੀਡਰ ਬਣਾ ਦਿੱਤਾ ਨੋਨ ਐਸ ਦਾ ਮਾਰਚ ਕਿੰਗ ਔਰ ਉਹਨੂੰ ਮਾਰਚ ਕਿੰਗ ਕਿਹਾ ਜਾਣ ਲੱਗਿਆ क्योंकि उन्हें बहुत वीयर कंपोजिशंस बनाइया मोर दैन हंड्रड बनाइया और उन्होंने वोशिंगटन पोस्ट मार्च बहुत फेमस रही इस करके बहुत फेमस हो गया नाउ कम ऑन द लोंग आंसर टाइप क्वेश्चन यू कैन डाउनलोड द पी डी एफ ऑफ दिस वीडियो द क्वेश्चन आंसरस ऑफ दिस लैसन बाय क्लिकिंग द लिंक ऑन द डिस्क्रिप्शन बॉक्स फर्स्ट ऑफ ऑल वी विल डिस्कस द लोंग आंसर टाइप क्वेश्चन दैट इज द स्केच ऑफ John Philip Sousa John Philip Sousa was a famous musician in Marine band of US Army Jo Philip si John Philip si o ik famous prasiddh musician si sangeetkar si America di army vich jo Marine band si ode vich ik famous musician si His father uh, father was also in the same profession Ode pita ji da vi same profession same job si same kamm thanda si kita si Philip wanted to be a musician as a child Baccha hon ton hi ਸ਼ੁਰੂ ਤੋਂ ਬਚਪਨ ਤੋਂ ਹੀ ਫਿਲਿਪ ਨੂੰ 뮤జిਸ਼ੀਅਨ ਬੰਨਣਾ ਚਾਹੁੰਦਾ ਸੀ ਉਹ ਹੀ ਸਟਾਰਟਡ ਲਰਨਿੰਗ 뮤직 ਫਰਮ ਮਿਸਟਰ ਐਸਪਟਰ ਉਹਨੇ 뮤직 ਸਿੱਖਣਾ ਮਿਸਟਰ ਐਸਪਟਰ ਤੋਂ ਸ਼ੁਰੂ ਕੀਤਾ ਹੀ ਵਾਸ ਦਾ ਬੈਸਟ ਵਾਇਲਿਨਿਸਟ ਥੇਅਰ ਉਹ ਉਥੇ ਸਭ ਤੋਂ ਵਧੀਆ ਵਾਇਲਨ বাজਾਨ ਵਾਲੇ ਬੈਸਟ ਵਾਇਲਿਨਿਸਟ ਸੀ ਬਟ ਹਿਸ ਲਵ ਫੋਰ ਬੇਸਬਾਲ ਮੇਡ ਹਿਸ ਸੋਲੋ ਕਨਸਰਟ ਅ ਫਲਪ ਸ਼ੋ ਪਰ ਫਿਲਿਪ ਦਾ ਬੇਸਬਾਲ ਲਈ ਵੀ ਬੜਾ ਪਿਆਰ ਸੀ ਇਸ ਕਰਕੇ ਉਹਦੀ ਜੋ ਸੋਲੋ ਅਕੇਲੇ ਦੀ ਕਾਂਸਰਟ ਸੀਓ ਫਲॉप ਸ਼ੋ ਹੋਗੀ। ਦਿਸ ਫੇਲਿਅਰ ਬ੍ਰੋਕ ਹਿਮ। ਇਸ ਅਸਫਲਤਾ ਨੇ ਉਹਨੂੰ ਤੋੜਤਾ। ਹੀ ਗਾਟ ਸੈਡ ਐਂਡ ਲੈਫਟ 뮤జిక్। ਉਹ ਉਦਾਸ ਹੋ ਗਿਆ ਔਰ 뮤ਜ਼ਿਕ ਛੱਡਤਾ। ਹੀ ਟ్రਾਈ ਟੂ ਬੀ ਅ ਬੇਕਰ ਬਟ ਕੁਡ ਨੋਟ। ਉਹਨੇ ਬੇਕਰ ਬਨਣ ਦਾ ਵੀ ਟ్రਾਈ ਕੀਤਾ ਕਿ ਬੇકરી ਚ ਕੰਮ ਕਰ ਲੇ ਵਧੀਆ ਬੇਕਰ ਬਨ ਜੇ ਪਰ ਕਰ ਨਾ ਸਕਿਆ। ਦ ਬੇકરી ਵਰਕ ਵਾਸ ਟਾਇਰਿੰਗ। ਬੇકરી ਚ ਕੰਮ ਕਰਨਾ ਬੜਾ ਥਕਾਨ ਵਾਲਾ ਸੀ। ਹਿਸ ਫਾਦਰ ਮੋਟੀਵੇਟਿਡ ਹਿਮ ਟੂ ਜੁਆਇਨ 뮤ਜ਼ਿਕ ਅਗੇਨ। ਉਹਦੇ ਫਾਦਰ ਨੇ ਫਿਰ ਉਹਦਾ ਹੌਸਲਾ ਵਧਾਇਆਤਾ ਹੌਸਲਾ ਇਨਕਰੀਸ ਕਰਤਾ ਮੋਟੀਵੇਟ ਕਰਤਾ ਕਿ ਤੂੰ ਦੁਬਾਰਾ 뮤직 ਜੁਆਇਨ ਕਰ ਲੋ ਹੀ ਜੁਆਇੰਡ ਯੂ ਐਸ ਮਰੀਨ ਬੈਂਡ ਆਫਟਰ ਪ੍ਰੋਪਰ ਟ੍ਰੇਨਿੰਗ ਉਹਨੇ ਪ੍ਰੋਪਰ ਟ੍ਰੇਨਿੰਗ ਤੋਂ ਬਾਅਦ ਦੁਬਾਰਾ ਯੂ ਐਸ ਮਰੀਨ ਬੈਂਡ ਨੂੰ ਜੁਆਇਨ ਕਰ ਲਿਆ ਟ੍ਰੇਨਿੰਗ ਲੈ ਕੇ ਹੀ ਬੀਕਮ ਅ ਫੇਮਸ ਕੰਪੋਜ਼ਰ ਫਿਰ ਉਸ ਤੋਂ ਬਾਅਦ ਉਹ ਇੱਕ ਪ੍ਰਸਿੱਧ ਕੰਪੋਜ਼ਰ ਬਣ ਗਿਆ 뮤직 ਕੰਪੋਜ਼ ਕਰਨ ਵਾਲਾ ਹੀ ਕੰਪੋਜ਼ਡ ਮੋਰ ਥੈਨ 100 ਮਾਰਚਸ ਇਨ ਮੈਰੀਨ ਬੈਂਡ ਉਹਨੇ ਮੈਰੀਨ ਬੈਂਡ ਵਿੱਚ 100 ਤੋਂ ਜ਼ਿਆਦਾ 100 ਤੋਂ ਜ਼ਿਆਦਾ ਮਾਰਚਸ ਕੰਪੋਜ਼ ਕੀਤੇ ਦਾ ਵਾਸ਼ਿੰਗਟਨ ਪੋਸਟ ਮਾਰਚ ਵਾਸ ਹਿਸ ਫੇਮਸ ਟਿਊਨ ਉਹਦੀ ਸਭ ਤੋਂ ਜ਼ਿਆਦਾ ਵੱਧ ਜੋ ਫੇਮਸ ਟਿਊਨ ਸੀ ਉਹ ਵਾਸ਼ਿੰਗਟਨ ਪੋਸਟ ਮਾਰਚ ਸੀ ਥਿਸ ਮੇਡ ਹਿਮ ਫੇਮਸ ਐਜ਼ ਅ ਮਾਰਚ ਕਿੰਗ ਇਸ ਚੀਜ਼ ਨੇ ਉਹਨੂੰ ਮਾਰਚ ਕਿੰਗ ਦੇ ਤੌਰ ਤੇ ਫੇਮਸ ਕਰਤਾ ਵੀ ਆਰ ਗੋਇੰਗ ਟੂ ਰੀਡ ਦਾ ਕੁਐਸਚਨ ਅਗੇਨ ਜான் ਫਿਲਿਪ ਸੋਸਾ ਵਾਸ ਅ ਫੇਮਸ 뮤జిਸ਼ੀਅਨ ਇਨ ਮੈਰੀਨ ਬੈਂਡ ਆਫ ਯੂ ਐਸ ਆਰਮੀ His father was also in the same profession. Philip wanted to be a musician as a child. He started learning music from Mr Asputa. He was the best violinist there, but his love for the baseball made his solo concert a flop show. This failure broke him. He got sad and left music. He tried to be a baker but could not. The bakery work was tiring. His father motivated him to join music again. He joined US Marine Band after proper training. He became famous. He became a famous composer. He composed more than 100 marches in the marine band. The Washington Post March was his most famous tune. This made him famous as a March King. Now the next question is What is the theme of the chapter? Explain briefly. Joa chapter read kita e the mukpav kendri ya theme kisi. this chapter teaches us that con consistent hard work is the only key to success ਇਹ ਚੈਪਟਰ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਇਹ ਸਿੱਖਣ ਨੂੰ ਮਿਲਦਾ ਹੈ ਕਿ ਲਗਾਤਾਰ ਅਗਰ ਆਪਾਂ ਹਾਰਡ ਵਰਕ ਕਰੀਏ ਬਹੁਤ ਹੀ ਕਠਿਨ ਮਿਹਨਤ ਕਰੀਏ ਉਹੀ ਸਫਲਤਾ ਦਾ ਓਨਲੀ ਕੀ ਇਕਮਾਤਰ ਰਸਤਾ ਹੈ ਸਿਰਫ ਆਪਾਂ ਹਾਰਡ ਵਰਕ ਕਰਨਾ ਹੈ ਔਰ ਉਹ ਵੀ ਕੰਸਿਸਟੈਂਟ ਲਗਾਤਾਰ ਕਰਨਾ ਹੈ ਵਨ ਸ਼ੁੱਡ ਬੀ ਡੈਡੀਕੇਟਿਡ ਟੂ ਅਚੀਵ ਵਨਸ ਏਮ ਇੱਕ ਪਰਸਨ ਨੂੰ ਆਪਦੀ ਏਮ ਨੂੰ ਆਪਦੇ ਲਕਸ਼ ਨੂੰ ਅਚੀਵ ਕਰਨ ਲਈ ਗੈਟ ਕਰਨ ਲਈ ਗੇਨ ਕਰਨ ਲਈ ਹਾਸਲ ਕਰਨ ਲਈ ਡੈਡੀਕੇਟਿਡ ਹੋਣਾ ਚਾਹੀਦਾ ਹੈ ਸਮਰਪਿਤ ਹੋਣਾ ਚਾਹੀਦਾ ਹੈ ਵੀ ਸ਼ੁੱਡ ਅਵੋਇਡ ਡਿਸਟਰੈਕਸ਼ਨ ਟੂ ਸਕਸੀਡ ਇਨ ਲਾਈਫ ਜ਼ਿੰਦਗੀ ਵਿੱਚ ਸਫਲ ਹੋਣ ਲਈ ਸਾਨੂੰ ਡਿਸਟਰੈਕਸ਼ਨ ਤੋਂ ਬਚਣਾ ਚਾਹੀਦਾ ਹੈ ਡਿਸਟਰੈਕਸ਼ਨ ਹੁੰਦਾ ਹੈ ਪਟਕਾਵ ਇਧਰ ਉਧਰ ਚੀਜ਼ ਚ ਧਿਆਨ ਚਲੇ ਜਾਣਾ ਅਵੋਇਡ ਮੀਨ ਬਚਣਾ ਸਕਸੀਡ ਮੀਨ ਸਫਲ ਹੋਣਾ ਕੰਸਿਸਟੈਂਟ ਐਫਰਟਸ ਆਰ ਰਿਕੁਆਇਰਡ ਫੋਰ ਥਿਸ ਇਸ ਚੀਜ਼ ਲਈ ਲਗਾਤਾਰ ਐਫਰਟਸ ਕਰਨਾ ਪ੍ਰਯਤਨ ਕਰਨਾ ਯਤਨ ਕਰਨਾ ਜ਼ਰੂਰੀ ਹੈ ਰਿਕੁਆਇਰਡ ਮੀਨ ਜ਼ਰੂਰੀ ਵੀ ਸ਼ੁੱਡ ਨਾਟ ਪ੍ਰੋਕਾਸਟੀਨੇਟ ਆਰ ਐਕਸ਼ਨਸ ਔਰ ਵੀ ਲੇਜੀ ਸਾਨੂੰ ਆਪਦੇ ਐਕਸ਼ਨਸ ਜੋ ਹੈ ਉਹਨਾਂ ਨੂੰ ਪ੍ਰੋਕਾਸਟੀਨੇਟ ਨਹੀਂ ਕਰਨਾ ਚਾਹੀਦਾ ਔਰ ਨਾ ਹੀ ਸਾਨੂੰ ਲੇਜੀ ਹੋਣਾ ਚਾਹੀਦਾ ਹੈ ਆਲਵੇਜ਼ ਰਿਮੈਂਬਰ ਦੈਟ ਥੇਅਰ ਇਜ਼ ਨੋ ਸ਼ਾਰਟਕਟ ਟੂ ਸਕਸੈਸ ਹਮੇਸ਼ਾ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਰਿਮੈਂਬਰ ਰੱਖਣੀ ਚਾਹੀਦੀ ਹੈ की सक्सेस ਲਈ ਸਫਲਤਾ ਲਈ ਕੋਈ ਸ਼ਾਰਟਕਟ ਨਹੀਂ ਹੈ देयर इज नो ਸਬਸਟੀਟਿਊਸ਼ਨ ਟੂ ਹਾਰਡ ਵਰਕ ਹਾਰਡ ਵਰਕ ਦਾ ਕੋਈ ਸਬਸਟੀਟਿਊਸ਼ਨ ਨਹੀਂ ਹੈ ਇਹਦੀ ਹਾਰਡ ਵਰਕ ਦੀ ਜਗ੍ਹਾ ਤੇ ਆਪਾਂ ਕੋਈ ਵੀ ਚੀਜ਼ ਯੂਜ਼ ਨਹੀਂ ਕਰ ਸਕਦੇ ਕੋਈ ਵਿਕਲਪ ਨਹੀਂ ਵਨ ਸ਼ੁੱਡ ਵਰਕ ਡੈਲੀਜੈਂਟਲੀ ਟੂ ਫੁੱਲਫਿਲ ਵਨਸ ਡ੍ਰੀਮਸ ਆਪਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਫੁੱਲਫਿਲ ਕਰਨ ਲਈ ਇੱਕ ਬੰਦੇ ਨੂੰ ਇੰਟੈਲੀਜੈਂਟਲੀ ਜਾਂ ਡੈਲੀਜੈਂਟਲੀ ਹਾਰਡ ਵਰਕ ਲਈ ਕਰਨਾ ਚਾਹੀਦਾ ਹੈ ਹਾਰਡ ਵਰਕ ਕਰਨਾ ਚਾਹੀਦਾ ਹੈ ਬਹੁਤ ਹੀ ਸਖਤ ਮਿਹਨਤ ਨਾਲ ਵੈਨ ਵੀ ਰੀਅਲੀ ਸਟ੍ਰਾਈਵ ਟੂ ਅਚੀਵ ਆਰ ਏਮ ਜਦੋਂ ਆਪਾਂ ਆਪਦੇ ਏਮ ਨੂੰ ਪ੍ਰਾਪਤ ਕਰਨ ਲਈ ਸੰਘਰਸ਼ ਜਾਂ ਸਟ੍ਰਾਈਵ ਕਰਦੇ ਹਾਂ ਮਿਹਨਤ ਕਰਦੇ ਹਾਂ ਨਥਿੰਗ ਕੈਨ ਸਟਾਪ ਅਸ ਸਾਨੂੰ ਕੋਈ ਚੀਜ਼ ਰੋਕ ਨਹੀਂ ਸਕਦੀ ਡਿਊ ਟੂ ਡੈਡੀਕੇਸ਼ਨ ਸਮਰਪਣ ਦੀ ਵਜ੍ਹਾ ਨਾਲ ਜੌਨ ਫਿਲਿਪ ਸੋਸਾ ਬਿਕੇਮ ਦਾ ਬੈਂਡ ਲੀਡਰ ਫਿਲਿਪ ਵੀ ਬੈਂਡ ਲੀਡਰ ਬਣ ਗਿਆ ਐਂਡ ਗਾਟ ਫੇਮਸ ਐਸ ਦਾ ਮਾਰਚ ਕਿੰਗ ਔਰ ਉਹਨੇ ਵੀ ਮਾਰਚ ਕਿੰਗ ਹੁੰਦੇ ਫੇਮਸ ਹੋ ਗਿਆ प्रसिद्धि उन्हें प्राप्त कर ली क्योंकि उन्हें भी हार्ड वर्क किया नाउ चेक योर सेल्फ देर इज एन असाइनमेंट फॉर यू ऑल द बेस्ट सॉल्व दीज क्वेश्चन एंड टाइप द आंसर इन डिस्क्रिप्शन बॉक्स चेक योर सेल्फ फॉर दिस असाइनमेंट शीट देर आर सिक्स क्वेश्चन आई एम गोइंग टू रीड फॉर यू On the day of the concert, Philip went to play a game, when to play a game of dash. There are two options: baseball and football. You have to choose one option from these two options. Question number second: Philip was utterly dash after working at the bakery. Third question: who gave shirt to Philip for concert? Next, Philip had decided to join circus. True or false? Next. Philip was widely applauded after the Washington's post march was played. True or false? Last question, why did Philip learn violin quickly? Thank you. Have a nice day. Like, share and subscribe the channel English Online Classes by Pink City and press the bell icon to get the latest notification on the channel. Thanks again.